ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮੈਂ ਬਹੁਤ ਹੀ ਦਿਨਾਂ ਬਾਅਦ ਇੱਕ ਨਵਾਂ ਵਲੌਗ ਲੈ ਕੇ ਆਇਆ ਪੂਰੇ 2 ਹਫ਼ਤੇ ਤੋਂ ਵੀ ਜ਼ਿਆਦਾ ਹੋ ਚੁੱਕਿਆ ਟਾਈਮ ਆਈ ਹੋਪ ਤੁਹਾਨੂੰ ਅੱਜ ਦਾ ਇਹ ਵਲੌਗ ਬਹੁਤ ਹੀ ਵਧੀਆ ਲੱਗੇ ਅਤੇ ਵਲੌਗ ਵਧੀਆ ਲੱਗੇ ਅਤੇ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਮੇਰੇ ਚੈਨਲ ਸਬਸਕ੍ਰਾਈਬ ਕਰਨਾ ਚਲੋ ਵਲੌਗ ਨੂੰ ਸ਼ੁਰੂ ਕਰਦੇ ਹਾਂ ਅਤੇ ਇੰਨੇ ਦਿਨਾਂ ਬਾਅਦ ਮੈਂ ਵਲੌਗ ਇਸ ਲਈ ਨਹੀਂ ਲੈ ਕੇ ਆ ਪਾ ਰਿਹਾ ਸੀ ਮੇਰੇ ਐਗਜ਼ਾਮਸ ਚੱਲ ਰਹੇ ਸੀ ਜਿਹਦੇ ਕਾਰਨ ਮੈਂ ਆਪਣੇ ਵਲੌਗ ਅਪਲੋਡ ਨਹੀਂ ਕਰ ਪਾ ਰਿਹਾ ਸੀ 28 April ਤੱਕ ਖਤਮ ਹੋ ਜਾਣਗੇ ਉਦੋਂ ਤੋਂ ਬਾਅਦ ਮੇਰੇ ਰੈਗੂਲਰ ਵਲੌਗਸ ਆਉਣਗੇ ਤਾਂ ਹੁਣ 2-3 ਛੁੱਟੀਆਂ ਸੀ ਐਗਜ਼ਾਮਸ ਵਿੱਚ ਅਤੇ ਸੋਚਿਆ ਕਿ ਵਲੌਗ ਬਣਾ ਹੀ ਲਵਾਂ ਕਿ ਮਤਲਬ ਇੰਝ ਅਗਰ ਤੁਹਾਡੇ ਨਾਲ ਕਨੈਕਸ਼ਨ ਨਾ ਬਣਿਆ ਰਹੇ ਤਾਂ ਫਿਰ ਅਤੇ ਮੇਰਾ ਮਨ ਬਹੁਤ ਜ਼ਿਆਦਾ ਕਰ ਰਿਹਾ ਸੀ ਕਿ ਮੈਂ ਵਲੌਗ ਬਣਾਵਾਂ ਅਤੇ ਅੱਜ ਦਾ ਵਲੌਗ ਜਿਹੜਾ ਹੋਣ ਵਾਲਾ ਹੈ ਇਹ ਬਹੁਤ ਹੀ ਜ਼ਿਆਦਾ ਮਜ਼ੇਦਾਰ ਹੋਣ ਵਾਲਾ ਹੈ ਥੰਬਨੇਲ ਜਾਂ ਟਾਈਟਲ ਵਿੱਚ ਜਿਸ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਉਸ ਟੌਪਿਕ ਨੂੰ ਹੁਣ ਅਸੀਂ ਸ਼ੁਰੂ ਕਰਦੇ ਹਾਂ ਅੱਜ ਮੈਂ ਜਾ ਰਿਹਾ ਪਰਮੇਸ਼ ਵਰਮਾ ਸਰ ਦਾ ਸ਼ੋਅ ਦੇਖਣ ਅਤੇ ਉਹਨਾਂ ਨੇ ਆਉਣਾ ਹੈ ਟ੍ਰਿਲੀਅਮ ਮੋਲ ਅਤੇ ਤੁਹਾਨੂੰ ਪਤਾ ਜਿਵੇਂ ਕਿ ਉਹਨਾਂ ਦੀ ਇੱਕ ਮੂਵੀ ਰਿਲੀਜ਼ ਹੋ ਰਹੀ ਹੈ 22 April ਉਹਦੇ ਰਿਲੇਟਿਡ ਉਹ ਆਪਣੀ ਮੂਵੀ ਦੀ ਪ੍ਰਮੋਸ਼ਨ ਕਰਨ ਲਈ ਆਏ ਸੀ ਟ੍ਰਿਲੀਅਮ ਮੋਲ ਆਪਣੀ ਮੂਵੀ ਦੀ ਪ੍ਰਮੋਸ਼ਨ ਕਰਨ ਲਈ ਅੰਮ੍ਰਿਤਸਰ ਆਏ ਸੀ ਅਤੇ ਫਿਰ ਮੈਨੂੰ ਜਿਵੇਂ ਪਤਾ ਲੱਗਾ ਕਿ ਉਹਨਾਂ ਦੀ ਸਟੋਰੀ ਜਦੋਂ ਮੈਂ ਦੇਖੀ ਅਤੇ ਉਹਨਾਂ ਨੇ ਕਿਹਾ ਸੀ ਕਿ ਮੈਂ ਅੰਮ੍ਰਿਤਸਰ ਆ ਰਿਹਾ ਅਤੇ ਇਸ ਲਈ ਮੈਂ ਸੋਚਿਆ ਕਿ ਮੈਂ ਵੀ ਉਹਨਾਂ ਦਾ ਸ਼ੋਅ ਦੇਖਣ ਜਾਵਾਂ ਮੇਰਾ ਵੀ ਬੜਾ ਮਨ ਕਰ ਰਿਹਾ ਸੀ ਉਹਨਾਂ ਦਾ ਸ਼ੋਅ ਦੇਖਣ ਜਾਵਾਂ ਅਤੇ ਉਹਨਾਂ ਦਾ ਜਦੋਂ ਸ਼ੋਅ ਸਟਾਰਟ ਹੋ ਗਿਆ ਸੀ ਅਤੇ ਉਦੋਂ ਮੈਂ ਕੋਸ਼ਿਸ਼ ਕੀਤੀ ਕਿ ਥੋੜ੍ਹੀ ਜਿਹੀ ਵੀਡੀਓ ਬਣਾ ਸਕਾਂ ਅਤੇ ਉਹ ਤੁਸੀਂ ਕਲਿੱਪ ਨੂੰ ਵੇਖੋ ਅਤੇ ਇੰਜੋਏ ਕਰੋ ਅਤੇ ਵਲੌਗ ਨੂੰ ਲਾਈਕ ਵੀ ਕਰੋ ਅਤੇ ਚਲੋ ਹੁਣ ਵਲੌਗ ਨੂੰ ਸ਼ੁਰੂ ਕਰਦੇ ਹਾਂ ਟ੍ਰਿਲੀਅਮ ਤੋਂ ਬਾਹਰ ਆ ਗਿਆ ਹੋਇਆ ਅਤੇ ਟ੍ਰਿਲੀਅਮ ਦੇ ਅੰਦਰ ਜਦੋਂ ਜਾਵਾਂਗੇ ਅਤੇ ਉਦੋਂ ਮੈਂ ਤੁਹਾਨੂੰ ਸੀਨ ਦਿਖਾਵਾਂਗਾ ਅਤੇ ਵਲੌਗ ਨੂੰ ਲਾਈਕ ਜ਼ਰੂਰ ਕਰਨਾ ਤੁਸੀਂ ਦੇਖ ਸਕਦੇ ਹੋ ਉੱਥੇ ਸ਼ੋਅ ਲੱਗਿਆ ਹੋਇਆ ਇੱਕ ਦੂਜੇ ਨੂੰ ਵਿਆਹ ਕਰਦੇ ਪਰ ਸਾਡੀ ਇੱਕ ਸ਼ਰਤ ਆ ਬੇਟਾ ਸ਼ਰਤ ਕੀ ਮਾਹੀ ਨਾਲ ਵਿਆਹ ਕਰੋ ਚਾਚਾ ਕੋਈ ਕਿਹੜਾ ਹਲਿਆ ਤੇਰਾ ਬਾਪੂ ਚਲੇ ਕੀ ਲੋੜ ਆ ਤੁਸੀਂ ਉਸ ਦੇ ਅੰਦਰ ਡਿਪਰੈਸ਼ਨ ਨੂੰ ਨਹੀਂ ਦੇਖ ਰਹੇ ਮੈਂ ਤਾਂ ਦੇਖ ਰਿਹਾ ਪ੍ਰੋਫੈਸਰ ਸਾਹਿਬ ਬਾਪੂ ਮੈਂ ਤੇ ਬਾਪੂ ਹਾਲੇ ਆਈ ਨਹੀਂ ਹੈ ਹਾਲੇ ਆਣੀ ਆ 22 ਨੂੰ ਆਣੀ 22 April ਨਹੀਂ ਬਹੁਤ ਤਰੀਕੇ ਗਿਆ ਆਪਾਂ 5 ਫਿਲਮਾਂ ਜਿਹੜੀਆਂ ਨੇ ਤੇਰੇ ਕੋਲ ਦੂਰ ਹੋ ਕੇ ਕੱਖ ਦਿਨਾ ਮੈਂ ਰੱਬ ਦਿੱਤਾ ਮੈਨੂੰ ਮੌਕਾ ਸੁਪਨੇ ਪਿਛਲੇ ਦਿਨ ਮੈਂ ਬਾਹਰ ਹਟ ਲਈ ਸੁੱਖ ਨਹੀਂ ਆਇਆ ਜੇ ਹਾਂ ਲਵ ਯੂ ਟੂ ਪਿੱਛੇ ਵਾਲੇ ਜਾਣਗੇ ਸਾਰੇ
फोटो वाले को बेनती है थोड़ा ज्यादा साइड से करो के लाइक थोड़े सारे क्या वो सारे उधर में तो गए इधर क्या तो सर आइया भी सारे बहुत प्यार देने हो ਇੱਥੇ ਅਸੀਂ ਗਾਣਾ ਕੀ ਹੋ ਗਈ ਉਹ ਇੱਥੇ ਗਾਣਾ ਸ਼ੁਰੂ ਕੀਤਾ ਸੀ ਹੈਨਾ ਜੀ ਜਿੱਤੇ ਵੀ ਇਹਦਾ ਸਿੰਗਲ ਦਾ ਥੈਂਕ ਯੂ ਵੈਰੀ ਮਚ ਅਜੇ ਸਾਰਦੇ ਪ੍ਰੇਮ ਨੂੰ ਦੇਖ ਲਓ ਫਿਲਮ ਦਾ ਬਾਈ ਹੋਇਆ ਨੂੰ ਆਪਣੀ ਫਿਲਮ ਆ ਰਹੀ ਹੈ ਮੈਂ ਤੇ ਬਾਪੂ ਤਿਆਰੀ ਹੈ ਸਾਰਿਆਂ ਦੀ ਸਾਰੇ ਜਣੇ ਵੇਖਣ ਜਾਓਗੇ ਪਰਿਵਾਰਾਂ ਨਾਲ ਜਾਓਗੇ ਸਾਰੇ ਇਹ ਇਕੱਲੇ ਮੈਨੂੰ ਪਰਿਵਾਰ ਵਾਲੇ ਥੋੜੇ ਗਰਲਫ੍ਰੈਂਡ ਟਾਈਪ ਬਣਾ ਦੇ ਮੈਂ ਵੀ ਗਰਲਫ੍ਰੈਂਡ ਨਾਲ ਜਾਓਗੇ लुधियाने गए अमृतसर आए तो बाद जलंधर जावे बठिंडे लाए जावे एक बारी ताड़िया मार दो लाजी लई चलाएगा फिर जो टाइम लगेगा लाली मैं लगता अडवास पर इन्नी एडवास नहीं प्यो पता कथे ब्याह करा हूं करके तू सोच ला अपना डीजे भाई मैं नाल दी नाल चल रहा है ब्लॉग वधिया लगे तो ब्लॉग नू लाइक शेयर कमेंट करना मेरा चैनल सब्सक्राइब करना आई विल मीट विद यू इन द नेक्स्ट ब्लॉग और वीडियो टिल देन टेक केयर बाय बाय